ਗੁਰਦਾਸਪੁਰ ਦੇ ਪਿੰਡ ਚਾਵਾ ਦੇ ਵਿੱਚ ਬੇਕਾਬੂ ਹੋਈ ਟਰਾਲੀ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਦੋ ਲੋਕਾਂ ਦੀ ਹੋਈ ਮੌਤ ਅੱਧੀ ਤੋਂ ਵੱਧ ਦਰਜਨ ਲੋਕ ਹੋਏ ਜ਼ਖਮੀ ਜੀ ਹਾਂ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਮੁਕੇਰੀਆਂ ਜੀਟੀ ਰੋਡ ਦੇ ਉੱਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਦੇਰ ਰਾਤ ਇੱਕ ਬੇਕਾਬੂ ਟਰਾਲੀ ਨੇ ਦੋ ਦੁਕਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਈ ਹਲਵਾਈ ਇਸ ਦੇ ਵਿੱਚ ਜ਼ਖਮੀ ਹੋ ਗਏ ਅਤੇ ਦੋ ਦੀ ਮੌਤ ਹੋ ਗਈ ਹੈ ਫਿਲਹਾਲ ਮੌਕੇ ਤੋਂ ਕੀ ਜਾਣਕਾਰੀ ਸਾਹਮਣੇ ਆਈ ਹੈ ਇਸ ਦੇ ਵੱਲ ਨਜ਼ਰ ਕਰਦੇ ਹਾਂ ਕੀ ਮਾਮਲਾ ਭਾਜੀ ਹੈ ਸਰ ਇੱਕ ਟਿੱਪਰ ਸੀਗਾ ਜਿਹੜਾ ਜਾ ਰਿਹਾ ਸੀ ਮੁਕੇਰੀਆਂ ਸਾਈਡ ਨੂੰ ਕੰਟਰੋਲ ਤੋਂ ਬਾਹਰ ਹੋ ਕੇ ਉਹਨੇ ਦੁਕਾਨ ਦੇ ਵਿੱਚ ਟਿੱਪਰ ਮਾਰਿਆ ਜਿਹਦੇ ਕਰਕੇ ਕੈਜੂਅਲਟੀ ਹੋਈਆਂ ਹਲੇ ਤੋਂ ਵੇਰੀਫਾਈ ਕਰ ਰਹੇ ਹਾਂ ਕਿੰਨੀਆਂ ਕੀ ਕਾਰਵਾਈ ਕੀਤੀ ਜਾ ਰਹੀ ਫਰਦਰ ਜਿਹੜਾ ਫਰਦਰ ਹੋਊਗਾ ਜੀ ਜੋ ਵੀ ਐਫ ਆਈ ਆਰ ਰਜਿਸਟਰ ਹੋਏਗੀ ਡਰਾਈਵਰ ਦੇ ਖਿਲਾਫ ਜਾਂ ਉਹਨਾਂ ਦੇ ਨਾਲ ਜਿਹੜੇ ਸੀਗੇ ਡਰਾਈਵਰ ਕਸਟਡੀ 'ਚ ਹਾਲੇ ਨਹੀਂ ਹਲੇ ਕਰਦੇ ਪਏ ਜੀ ਵੇਰੀਫਾਈ ਮੇਰਾ ਨਾਮ ਗੋਪਾਲ ਸਿੰਘ ਹੈ ਜੀ ਕੀ ਗੱਲ ਹੋਈ ਹੈ ਗੁਰਦਾਸਪੁਰ ਵਾਲੀ ਸਾਈਡ ਤੋਂ ਬਿਨਾਂ ਨੰਬਰ ਪਲੇਟ ਤੋਂ ਇੱਕ ਟਰੱਕ ਆਇਆ ਬੜੀ ਸਪੀਡ ਦੇ ਵਿੱਚ ਔਰ ਕਾਫੀ ਜਾਣਾਂ ਨੂੰ ਮਿੰਦਾ ਹੋਇਆ ਸਿੱਧਾ ਮੇਰੀ ਦੁਕਾਨ ਦੇ ਅੰਦਰ ਵੜ ਗਿਆ ਔਰ ਮੇਰਾ ਕਾਫੀ ਨੁਕਸਾਨ ਜਿਹੜਾ ਹੱਦ ਤੋਂ ਜ਼ਿਆਦਾ ਮੇਰਾ ਨੁਕਸਾਨ ਹੋ ਗਿਆ ਤਿਨਕਾ ਜੋੜ ਕੇ ਮੈਂ ਕਮਾਈ ਕਰਕੇ ਆਪਣੀ ਦੁਕਾਨ ਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਾਲਦਾ ਪਿਆ ਪਰ ਮੇਰਾ ਇੰਨਾ ਕੁ ਨੁਕਸਾਨ ਹੋ ਗਿਆ ਕਿ ਮੈਂ ਦੁਬਾਰਾ ਉੱਠ ਨਹੀਂ ਸਕਦਾ ਕਿੰਨੂੰ ਮਿੰਦੇ ਆਏ ਟਰੱਕ ਦੇ ਇਹਨਾਂ ਨੇ ਪ੍ਰਵਾਸੀ ਜਿੰਨੇ ਸੀਗੇ ਇੱਕ ਸਾਡੇ ਨਾਲ ਹੀ ਨਵੀਨਕਰ ਵਾਲਾ ਪਿੰਡ ਪੈਂਦਾ ਉਹ ਇੱਕ ਮੁੰਡਾ ਉੱਥੋਂ ਦਾ ਸੀਗਾ ਤੇ ਦੋ ਤਿੰਨ ਪ੍ਰਵਾਸੀ ਸੀਗੇ ਜਿਨ੍ਹਾਂ ਨੂੰ ਇਹਨੇ ਮਿੰਦੇ ਛੱਡਿਆ ਵਹੀਕਲ ਵੀ ਕੋਈ ਨੁਕਸਾਨ ਹੋਇਆ ਵਹੀਕਲ ਦੋ ਐਕਟਿਵਾ ਜਿਹੜੀ ਇੱਕ ਮੇਰੀ ਐਕਟਿਵਾ ਹੋਈ ਹੈ ਇੱਕ ਮੇਰੇ ਦੋਸਤ ਦੀ ਐਕਟਿਵਾ ਸੀ ਇੱਕ ਸਪਲੈਂਡਰ ਮੋਟਰਸਾਈਕਲ ਸੀਗਾ ਤੁਹਾਡੀ ਦੁਕਾਨ ਦਾ ਕਿੰਨਾ ਨੁਕਸਾਨ ਹੋਇਆ ਮੇਰੀ ਦੁਕਾਨ ਦਾ ਘੱਟੋ ਘੱਟ 3.5 ਲੱਖ ਦੇ ਲੱਗ ਸਕੇ ਦੁਕਾਨ ਨੂੰ ਨੁਕਸਾਨ ਹੋਰ ਵੀ ਕੋਈ ਦੁਕਾਨ ਇਹਨੇ ਲਈ ਲਪੇਟ ਡਾਕਟਰ ਸਾਹਿਬ ਦੀ ਦੁਕਾਨ ਲਈ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਦੇ ਅੱਗੇ ਇਹੋ ਹੀ ਬੇਨਤੀ ਹੈ ਕਿ ਸਾਨੂੰ ਮੁਆਵਜ਼ਾ ਦਵਾਇਆ ਜਾਏ ਮੈਂ ਗਰੀਬ ਬੰਦਾ ਹਾਂ ਮੇਰਾ ਬਸ ਮੇਰੀ ਸੁਣੀ ਜਾਏ ਭਾਈ ਮੇਰਾ ਨਾਮ ਭਵਾਨੀ ਸਿੰਘ ਠਾਕੁਰ ਹੈ ਤੁਸੀਂ ਆਪਣੀ ਅੱਖੀਂ ਦੇਖਿਆ ਵਾਕਿਆ ਸਾਰਾ ਹਾਂਜੀ ਸਰ ਮੈਂ ਦੁਕਾਨ ਦੇ ਅੰਦਰ ਮੌਜੂਦ ਸੀ ਮੇਰੇ ਦੋਸਤ ਦੀ ਗੋਪਾਲ ਦੀ ਦੁਕਾਨ ਹੈ ਰੋਜ਼ਾਨਾ ਅਸੀਂ ਇੱਥੇ ਬਹਿ ਕੇ ਇੱਕ ਦੂਸਰੇ ਨਾਲ ਦੁੱਖ ਸੁੱਖ ਕਰੀਦਾ ਆ ਇਹ ਅਚਾਨਕ ਹੀ ਇਹ ਥੋੜ੍ਹਾ ਜਿਹਾ ਬਾਹਰ ਗਿਆ ਆ ਕਿਸੇ ਕੰਮ 'ਤੇ ਮੈਂ ਦੁਕਾਨ ਦੇ ਅੰਦਰ ਹੀ ਥੋੜ੍ਹੀ ਦੇਰ ਨੂੰ ਬਸ ਅਚਾਨਕ ਹੀ ਆਵਾਜ਼ ਆਈ ਹੈ ਟਰੱਕ ਅੰਦਰ ਵੜ ਗਿਆ ਆ ਮੈਂ ਆਪਣੇ ਆਪ ਨੂੰ ਬਚਾਉਣ ਵਾਸਤੇ ਦੁਕਾਨ ਦੇ ਪਿਛਲੇ ਪਾਸੇ ਨੂੰ ਭੱਜਿਆ ਹਾਂ ਰੋੜਿਆਂ ਨੂੰ ਮੈਂ ਹਟਾ ਹਟੂ ਕੇ ਆਪ ਬਾਹਰ ਆਇਆ ਅਤੇ ਲਾਗੇ ਮੇਰੀ ਸਕੂਟਰੀ ਖੜ੍ਹੀ ਸੀਗੀ ਉਹ ਸਾਰੀ ਉਸ ਟਰੱਕ ਦੇ ਥੱਲੇ ਆ ਕੇ ਟੋਟਲ ਲੋਸ ਹੋ ਗਈ ਹੈ ਹੁਣ ਜਾਨ ਮਾਲ ਦਾ ਵੀ ਨੁਕਸਾਨ ਹੋ ਗਿਆ ਦੋ ਬੰਦਿਆਂ ਦੀ ਡੈਥ 'ਤੇ ਮੌਕੇ 'ਤੇ ਹੋ ਗਈ ਹੈ ਕਨਫਰਮ ਹੋ ਗਿਆ ਹੈ ਕਿੰਨੂੰ ਮਿਲਦੇ ਆਇਆ ਟਰੱਕ ਨੇ ਇਹ ਇੱਕ ਤਾਂ ਸਾਡੇ ਲਾਗਲੇ ਪਿੰਡ ਕਰਾਲ ਦਾ ਮੁੰਡਾ ਆ ਅਤੇ ਇੱਕ ਵੀ ਕੋਈ ਬੰਦਾ ਮੈਂ ਉਹਨੂੰ ਜ਼ਿਆਦਾ ਸਿਆਣਦਾ ਨਹੀਂ ਲੇਕਿਨ ਉਹ ਭਾਂਡੇ ਭੁੰਡਿਆਂ ਦਾ ਪਲਾਸਟਿਕ ਦੇ ਭਾਂਡਿਆਂ ਦਾ ਵਿਚਾਰਾ ਰੇੜੀ ਰੂੜੀ ਲਾਉਂਦਾ ਸੀਗਾ ਉਹਨੂੰ ਤਾਂ ਕੁਛ ਸਾਡੇ ਪ੍ਰਵਾਸੀ ਮਜ਼ਦੂਰ ਵਿਚਾਰੇ ਇੱਥੇ ਰੇੜੀ ਲਾਉਂਦੇ ਗੋਲ ਗੱਪਿਆਂ ਦੀ ਮੇਵਾੜ ਦੀ ਉਹਨਾਂ ਨੂੰ ਵੀ ਜ਼ਖਮੀ ਕੀਤਾ ਜਾ ਇਹਨੇ ਡਰਾਈਵਰ ਦਾ ਕੀ ਬਣਿਆ ਡਰਾਈਵਰ ਨੂੰ ਮੌਕੇ ਤੋਂ ਹੁਣ ਸਾਨੂੰ ਤਾਂ ਇੰਨਾ ਦਿਖਿਆ ਨਹੀਂ ਭਾਈ ਇੰਨਾ ਪਤਾ ਲੱਗਾ ਵੀ ਪੁਲਿਸ ਉਹਨੂੰ ਫੜ ਕੇ ਲੈ ਗਈ ਹੈ ਅਸੀਂ ਤਾਂ ਮੌਕੇ 'ਤੇ ਆਪਣਾ ਆਪ ਸਾਂਭਦੇ ਪਏ ਸੀਗੇ ਇਹ ਹੈ ਵੀ ਮੈਨੂੰ ਰੱਬੋਂ ਹੀ ਬਚਾਅ ਹੋ ਗਿਆ ਵੀ ਮੈਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਲੇਕਿਨ ਮੇਰਾ ਨੁਕਸਾਨ ਜਿਹੜਾ ਮੇਰੀ ਆਪਣੀ ਸਕੂਟਰੀ ਆ ਉਹ ਟੋਟਲ ਲੋਸ ਹੋ ਗਈ ਡਰਾਈਵਰ ਨੂੰ ਦੇਖਿਆ ਸੀ ਤੁਸੀਂ ਡਰਾਈਵਰ ਨੂੰ ਵਿਜੀਬਲੀ ਮੈਂ ਦੇਖਿਆ ਆ ਜਦੋਂ ਉਹਨੂੰ ਫੜ ਕੇ ਲੈ ਕੇ ਜਾਂਦੇ ਸੀਗੇ ਬਾਕੀ ਉਹਦਾ ਕੀ ਕੀਤਾ ਕੀ ਨਹੀਂ ਕੀਤਾ ਇਹ ਸਾਨੂੰ ਨਹੀਂ ਪਤਾ ਲੱਗਦਾ ਕੋਈ ਨਸ਼ਾ ਵਗੈਰਾ ਕੀਤਾ ਹੋਵੇ ਬਿਲਕੁਲ ਉਹ ਕੋਈ ਤੁਰਿਆ ਨਹੀਂ ਸੀ ਜਾਣਦਿਆ ਹੁਣ ਇਹ ਨਹੀਂ ਪਤਾ ਵੀ ਉਹਨੇ ਨਸ਼ਾ ਕੀਤੇ ਦਾ ਆ ਕਿ ਜ਼ਖਮੀ ਆ ਪਰ ਜਿਸ ਤਰੀਕੇ ਉਹਦੀ ਮੂੰਹ ਨੁਹਾਰ ਸੀਗੀ ਉਹ ਲੱਗਦਾ ਨਸ਼ੇ 'ਚ ਸੀਗਾ ਬਲਵਿੰਦਰ ਮੇਰਾ ਨਾਮ ਤਾਂ ਬਿੱਟੂ ਜੂਸ ਵਾਲਾ ਮੈਂ ਜੂਸ ਦੀ ਇਹ ਭਾਜੀ ਹਾਂਜੀ ਆਪਣੇ ਇੱਥੇ ਦੇਖਿਆ ਕੀ ਹੋਇਆ ਇਹ ਭਾਜੀ ਟਾਲੀ ਲੈਣੀ ਟਾਲੀ ਇੱਥੋਂ ਕੋਈ 200 ਗਜ਼ ਅੱਗੇ ਇਹ ਟਰੱਕ ਬਿਲਕੁਲ ਆਪਣੇ ਕੰਟਰੋਲ ਤੋਂ ਬਾਹਰ ਹੋ ਗਿਆ ਕਿੱਧਰੋਂ ਆ ਰਿਹਾ ਇਹ ਸੱਜੇ ਬੰਨੇ ਗੁਰਦਾਸਪੁਰ ਆ ਰਿਹਾ ਸੀ ਅਤੇ ਸਿੱਧਾ ਆ ਕੇ ਨਾ ਸਿੱਧਾ ਦੁਕਾਨ ਦੇ ਅੰਦਰ ਆ ਗਿਆ ਪਹਿਲੇ ਸਿੱਧਾ ਦੁਕਾਨ 'ਤੇ ਵੱਜਿਆ ਪਹਿਲੇ ਸਿੱਧਾ ਦੁਕਾਨ 'ਤੇ ਤਿੰਨ ਰੇੜੀਆਂ ਇਹਨਾਂ ਨੇ ਮਿੱਟੀ ਕਰ ਦਿੱਤੀ ਕੋਈ ਵਹੀਕਲ ਵੀ ਹੋਇਆ ਹਾਂਜੀ ਤਿੰਨਾਂ ਦੀ ਮੌਤ ਹੋਈ ਆ ਜਦ ਪਤਾ ਲੱਗਿਆ ਨਹੀਂ ਤੇ ਆ ਸਕੂਟਰ ਵਗੈਰਾ ਵੀ ਆਇਆ ਸਕੂਟਰ ਬੜੀ ਇੱਥੇ ਬੜੇ ਬੰਦੇ ਭਾਜੀ ਗੋਲ ਗੱਫੇ ਖਾਂਦੇ ਕੋਈ ਆਪਣੇ ਆਈਸਕ੍ਰੀਮ ਖਾਂਦੇ ਕੋਈ ਕੁਛ ਖਾਂਦੇ ਆ ਕਿੰਨੇ ਵਜੇ ਦਾ ਟਾਈਮ ਇਹ ਕੋਈ 8:30 ਦਾ ਟਾਈਮ 8:30